पहुंचे हुए सारी संगत का असी तह दिल तो धन्यवाद करते हैं कि एक लंबा अरसा पोह दियां रातां तुसी इत्थे एक महीने तो निरंतर डटे हुए हो। यह सिदक है थोड़ा, यह जमीर है थोड़ा, तो उहदे नाल नाल इह साडा फर्ज भी है। पहल के तौर पर वधाई देना मैं सारिया जथेबंदियों जिन्होंने एका करके बेशक इन्हों के अलग अलग बखरेवे हो पर जदों गल पंजाब की आ गई जदों साडिया जमीन की आ गई तो इन्हों का आपसी एक है जिहड़ा सानू इत्थे तक लैके आया। यह भी वधाई के पात्र ने, रोज कोई ना कोई एक्टिविटी करते हैं जिवें भुख हड़ताल से बहना ज होर टोल प्लाजे बंद करने, खून के कैंप लाने, जो ये जिहड़ा साडा अंदोलन चल रहा है एक चंगी छाप छड़े दुनिया से। वैसे तो एक मास अंदोलन बन चुके, पूरी दुनिया की निगाह इस अंदोलन से टिकी हुई है। एक साड़ी वड्डी जित है, पंजाब की धरती से हमेशा सूरवीर योधिया ने जन्म लिया। साडे कामी सुभाविक कहावत है कि जे माँ का दुध पीता है फिर मैदान च आ जा। अज इस तो वड्डी कोई गल नहीं हो सकता, इस तो वड्डी कोई गल नहीं हो सकती कि जिन्होंने माँ का दुध पीता है वह भी आए हुए हैं, तो जिन्हिया जिहड़ियां मावां ने दुध पिलाया वह मावां भी साडे विच पहुंची हुई ने। एक ताड़ी इन्हां मावां दे नां ते ला दिओ तुसीं। सत श्री अकाल। मैं तां एक सलाह दे के जाना है, वैसे जे हो जाए क्योंकि जिहड़ी घर की मुख्तियारी होंदी है, लाणेदारी होंदी है, घर नूं किवें चलाउणा हुंदा है, ਉਹ ਸਾਡੀਆਂ ਬੀਬੀਆਂ ਤੋਂ ਵੱਧ ਸਾਡੀਆਂ ਭੈਣਾਂ ਤੋਂ ਮਾਵਾਂ ਤੋਂ ਵੱਧ ਮੈਨੂੰ ਨਹੀਂ ਲੱਗਦਾ ਕੋਈ ਵੀ ਸਮਝ ਸਕਦਾ। ਜਦੋਂ ਵੀ ਅਗਲੀ ਮੀਟਿੰਗ ਹੋਊਗੀ ਸਾਡੀ ਬੇਬੇ ਉਹਨਾਂ ਨੂੰ ਭੇਜਿਓ, ਮੈਂ ਕਹਿੰਦਾ ਮੋਦੀ ਉਹਨਾਂ ਕੋਲੇ। ਉਹ ਕਹਿੰਦੇ ਨੇ ਵੀ ਪੰਜ ਕੁ ਬੀਬੀਆਂ ਭੇਜ ਦਿਓ ਜਾਂ ਪੰਜ ਮੈਂਬਰੀ ਕਮੇਟੀ ਬਣਾ ਦਿਓ, ਸਾਡੀਆਂ ਮਾਤਾਵਾਂ ਨੂੰ ਭੇਜਿਓ, ਇਹ ਜਾ ਕੇ ਉਹਨਾਂ ਨੂੰ ਬਿੱਲਾਂ ਦੇ ਫਾਇਦੇ ਵੀ ਦੱਸ ਕੇ ਆਉਣਗੀਆਂ ਅਤੇ ਨੁਕਸਾਨ ਵੀ ਦੱਸ ਕੇ ਆਉਣਗੀਆਂ, ਮੈਂ ਕਹਿੰਦਾ ਤਸੱਲੀ ਕਰਾ ਦੇਣਗੀਆਂ ਉਹਨਾਂ ਦੀਆਂ। ਹੋ ਸਕਦਾ ਸਾਡਾ ਜਿਹੜਾ ਮੋਰਚਾ ਉਹ ਇੱਥੇ ਹੀ ਫਤਿਹ ਹੋ ਜਾਵੇ। ਸੋ असी ये कामना करते हैं कि यह मोर्चा जिन्ना चिर चल रहा है बड़ी शांतमई तरीके नाल चले। सारे भरा ने जिहड़े लगातार सेवा निभा रहे ने आपदा आपदा फर्ज समझते हुए। अज असी किसानां दे पुत्त हैं, होर भी हरियाणा बहुत साडे मोढ़े नाल मोढ़ा ला के खड़ा, असी उहदे तह दिल तों धन्नवादी भी हाँ, ऋणी भी हाँ। गौरमेंट जे ये चाहती है भी यह मोर्चा लंबा चले, अपने आप ही मुड़ जाएंगे, बैठे ने सानू कोई फर्क नहीं पैंदा। ਤਾਂ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਬਹੁਤ ਵਾਰੀ ਵਿੱਚੋਂ ਇਹ ਆਵਾਜ਼ ਆਉਣ ਲੱਗ ਜਾਂਦੀ ਹੈ ਵੀ ਜੇ ਯਾਰ ਇੱਕ ਵਾਰੀ ਇਕੱਠ ਟੁੱਟ ਗਿਆ ਤਾਂ ਦੁਬਾਰੇ ਇਕੱਠ ਬੰਨਿਆ ਨਹੀਂ ਜਾਣਾ। ਜੇ ਅਸੀਂ ਇੱਥੇ ਆ ਸਕਦੇ ਹਾਂ ਤਾਂ ਆਉਣਾ ਤਾਂ ਉੱਥੇ ਸਾਡੀਆਂ ਜ਼ਮੀਨਾਂ ਲੈਣੀ ਆ ਨਾ ਤੁਸੀਂ ਪੰਜਾਬ 'ਚ, ਤਾਂ ਫਿਰ ਉੱਥੇ ਪੈਰ ਪਾ ਕੇ ਦਿਖਾ ਦਿਓ। ਜੇ ਪੁੱਠੇ ਪੈਰੀ ਨਾ ਮੋੜਤਾ ਤਾਂ ਫਿਰ ਉਹ ਗੱਲ ਉਹੀ ਹੋ ਜਾਂਦੀ ਹੈ ਵੀ ਜੱਟਾਂ ਦੇ ਪੁੱਤ ਨਹੀਂ ਅਸੀਂ ਜੇ ਤੁਹਾਨੂੰ ਪੁੱਠੇ ਪੈਰੀ ਨਾ ਮੋੜਤਾ। ਆਉਣਾ ਤਾਂ ਸਾਡੇ ਕੋਲ ਹੀ ਆ ਨਾ, ਇਕੱਠ ਅਸੀਂ ਏਕਾ ਉਦਣ ਵੀ ਪਹਿਲਾਂ ਪੰਜਾਬ 'ਚ ਕੀਤਾ 3 ਮਹੀਨੇ ਜਾ ਕੇ, ਜੇ ਬਾਈ ਚਾਂਸ ਅਸੀਂ ਮੁੜਦੇ ਨਹੀਂ ਪਰ ਜੇ ਮੁੜਨਾ ਪੈ ਗਿਆ ਤਾਂ ਤੁਸੀਂ ਇਹ ਭੁਲੇਖਾ ਆਪਦੇ ਦਿਲ 'ਚੋਂ ਕੱਢ ਦਿਓ ਵੀ ਤੁਸੀਂ ਉੱਥੇ ਆ ਕੇ ਸਾਡੀਆਂ ਜ਼ਮੀਨਾਂ 'ਚ ਕੋਈ ਪ੍ਰੋਪੋਗੰਡਾ ਕਰਕੇ ਵੜ ਜਾਓਗੇ। ਨਾ ਇਹ ਕਦੇ ਅੱਜ ਹੋਊਗਾ ਤੇ ਨਾ ਇਹ ਕਦੇ ਕੱਲ ਨੂੰ ਹੋਊਗਾ। ਬੜੇ ਵੀਰ ਸਾਨੂੰ ਬਾਹਰੋਂ ਫੋਨ ਕਰਦੇ ਨੇ ਕਿ ਬਾਈ ਤੁਸੀਂ ਇੱਥੇ ਆ ਜਾਓ, ਅਸੀਂ ਟਰੂਡੋ ਗੌਰਮੈਂਟ ਨਾਲ ਗੱਲ ਕਰ ਲੈਂਦੇ ਹਾਂ, ਮਾਰ ਖੋਲ ਦਿੰਦਾ ਵੀਜ਼ੇ, ਸਾਰਾ ਪੰਜਾਬ ਹੀ ਉੱਧਰ ਆ ਜਾਏ। ਮੈਂ ਕਿਹਾ ਨਹੀਂ, ਵੈਸੇ ਸਾਰਾ ਪੰਜਾਬ ਹੀ ਕੈਨੇਡਾ ਵੱਸਦਾ ਕੋਈ ਸ਼ੱਕ ਨਹੀਂ, ਇੱਕ ਘਰ 'ਚੋਂ ਇੱਕ ਨੌਜਵਾਨ ਪੂਰੇ ਪੰਜਾਬ 'ਚੋਂ ਬਾਹਰ ਹੋਊਗਾ। 25-25, 30-30 ਮੁੰਡੇ ਪਿੰਡਾਂ ਦੇ ਕੈਨੇਡਾ ਗਏ ਹੋਏ ਨੇ, ਪਰ ਇਹ ਸਾਡੀ ਧਰਤੀ ਹੈ, ਇਹ ਸਾਡੀ ਆਪਣੀ ਹੈ, ਅਸੀਂ ਇਹਦੇ ਵਾਸਤੇ ਲੜਾਂਗੇ, ਅਸੀਂ ਇਹਦੇ ਵਾਸਤੇ ਮਰਾਂਗੇ, ਅਸੀਂ ਇਸ ਗੌਰਮੈਂਟ ਤੋਂ ਡਰ ਕੇ ਨਾ ਪਿੱਠ ਦਿਖਾ ਕੇ ਅੱਜ ਜਾਵਾਂਗੇ ਤੇ ਨਾ ਕੱਲ੍ਹ ਨੂੰ ਜਾਵਾਂਗੇ, ਚਾਹੇ ਸਾਨੂੰ ਕੁਛ ਵੀ ਕਰਨਾ ਪੈ ਜਾਵੇ ਉਹਦੇ ਵਾਸਤੇ। ਪਹਿਰਾ ਦੇਵਾਂਗੇ ਠੋਕ ਕੇ। ਜੈ ਕਿਸਾਨ। ਹੁਣੇ ਜਦੋਂ ਅਸੀਂ ਆ ਰਹੇ ਸੀ ਕਿਸੇ ਨੇ ਮੈਨੂੰ ਦੱਸਿਆ ਕਿ ਅੰਬਾਨੀ ਨੇ 1200 ਜੌਨ ਡੀਅਰ ਦਾ ਆਰਡਰ ਦਿੱਤਾ ਅਮਰੀਕਾ 'ਚ, ਵੀ ਪੰਜਾਬ ਦੀਆਂ ਜ਼ਮੀਨਾਂ 'ਤੇ ਜਾ ਕੇ ਜੌਨ ਡੀਅਰ ਨਾਲ ਖੇਤੀ ਕਰਾਂਗੇ। ਮੈਂ ਇੱਥੇ ਇਸ ਮੰਚ ਤੋਂ ਕਹਿਣਾ ਚਾਹੁੰਦਾ ਵੀ ਅੰਬਾਨੀ ਪੰਜਾਬ ਦੀਆਂ ਜ਼ਮੀਨਾਂ ਦਾ ਸਾਲਾ ਨਹੀਂ ਲੱਗਦਾ, ਉਹ ਸਾਡੀਆਂ ਨੇ ਤੇ ਸਾਡੀਆਂ ਹੀ ਰਹਿਣਗੀਆਂ। ਉੱਥੇ ਸਾਡੇ ਟਰੈਕਟਰ ਚੱਲਦੇ ਸੀ ਤੇ ਸਾਡੇ ਹੀ ਚੱਲਣਗੇ। ਜੇ ਅੱਜ ਅਸੀਂ ਟਰੈਕਟਰਾਂ ਜੋਗੇ ਹੋਏ ਹਾਂ ਤਾਂ ਇਹਨਾਂ ਬਜ਼ੁਰਗਾਂ ਦੀ ਬਦੌਲਤ, ਉਹਨਾਂ ਖੇਤਾਂ ਨਾਲ ਸਾਡਾ ਇੱਕ ਇਤਿਹਾਸ ਜੁੜਿਆ ਹੋਇਆ। ਇਹਨਾਂ ਬਜ਼ੁਰਗਾਂ ਨੇ ਉੱਥੇ ਹਲ ਵਾਹੇ, ਖੇਤੀ ਕੀਤੀ, ਸਾਡੀ ਬੇਬੇ ਹੁਣੀ ਇਹਨਾਂ ਵਾਸਤੇ ਰੋਟੀਆਂ ਲੈ ਕੇ ਗਏ ਉਹਨਾਂ ਵੱਟਾਂ 'ਤੇ ਚੱਲਦੀਆਂ ਧੁੱਪਾਂ 'ਚ, ਤੱਖੜ ਦੁਪਹਿਰੇ ਦੋਵਾਂ ਨੇ ਰਲ ਮਿਲ ਕੇ ਮਿਹਨਤ ਕੀਤੀ ਤਾਂ ਪੰਜਾਬ ਦੇ ਜਿਹੜੇ ਟਿੱਬੇ ਸੀ ਉਹ ਪੱਧਰੇ ਕੀਤੇ, ਤਾਂ ਅੱਜ ਅਸੀਂ ਇੱਕ ਖੁਸ਼ਹਾਲ ਜ਼ਿੰਦਗੀ ਜਿਉਂਦੇ ਹਾਂ। ਅਸੀਂ ਆਪਦੇ ਖੇਤਾਂ ਦੇ ਆਪਦੇ ਆਪ ਨੂੰ ਰਾਜੇ ਕਹਾਉਂਦੇ ਹਾਂ ਤਾਂ ਉਹ ਜ਼ਮੀਨਾਂ ਕਰਕੇ ਕਹਾਉਂਦੇ ਹਾਂ, ਹੋਰ ਕੁਛ ਵੀ ਨਾ ਹੋਵੇ ਸਾਨੂੰ ਕੋਈ ਫਰਕ ਨਹੀਂ ਪੈਂਦਾ, ਪਰ ਅਸੀਂ ਆਪਦਿਆਂ ਖੇਤਾਂ 'ਚੋਂ ਕਰਕੇ ਖਾਣ ਜੋਗੇ ਹਾਂ, ਅਸੀਂ ਕਿਸੇ ਮੂਹਰੇ ਹੱਥ ਨਹੀਂ ਅੜਦੇ। ਇਹ ਸਾਡਾ ਇਤਿਹਾਸ ਹੈ, ਨਾ ਅੱਜ ਤੱਕ ਅੱਡਿਆ ਤੇ ਨਾ ਕਦੇ
ਆਉਣ ਵਾਲੇ ਦਿਨਾਂ 'ਚ ਅੱਡਾਂਗੇ। ਇਹ ਗੱਲ ਮਾਣ ਦੀ ਨਹੀਂ ਹੈਗੀ। ਤੁਸੀਂ ਇਹ ਦੇਖੋ ਇੱਥੇ ਕੈਸੇ ਕੈਸੇ ਲੰਗਰ ਚੱਲ ਰਹੇ ਨੇ ਦੁਨੀਆਂ ਤੇ, ਰਹਿੰਦੀ ਦੁਨੀਆਂ ਤੱਕ ਆਉਣ ਵਾਲੇ 50 ਸਾਲਾਂ 'ਚ ਕੋਈ ਕਿੱਡਾ ਅੰਦੋਲਨ ਹੋ ਜਾਵੇ, ਇਹਦੇ ਨਾਲ ਦਾ ਅੰਦੋਲਨ ਦੁਨੀਆਂ ਤੇ ਨਾ ਕਦੇ ਹੋਇਆ ਤੇ ਨਾ ਕਦੇ ਹੋ ਸਕੂਗਾ। ਜਿੱਥੇ ਜਿੰਮਾਂ ਦਾ ਲੰਗਰ ਲੱਗੇ, ਸਤਿ ਸ੍ਰੀ ਅਕਾਲ, ਜਿੱਥੇ ਪ੍ਰੋਟੀਨਾਂ ਦਾ ਲੰਗਰ ਲੱਗੇ, ਜਿੱਥੇ ਪੀਜਿਆਂ ਦਾ ਲੰਗਰ ਲੱਗੇ, ਜਿੱਥੇ ਸ਼ੌਲਾਂ ਦਾ, ਲੋਹੀਆਂ ਦਾ, ਕਿਹੜੀ ਚੀਜ਼ ਇੱਕ ਵਾਰੀ ਮੂੰਹੋਂ ਤਾਂ ਕੱਢੋ। ਅਸੀਂ ਗੱਲ ਕਰਦੇ ਆਉਂਦੇ ਸੀ ਕਿ ਬਾਬਾ ਨਿਧਾਨ ਸਿੰਘ ਦੇ ਹਜ਼ੂਰ ਸਾਹਿਬ ਲੰਗਰ 'ਚ ਇਹ ਕਾਮਨਾ ਹੁੰਦੀ ਹੈ ਕਿ ਜਿਹੜਾ ਬੰਦਾ ਉੱਥੇ ਲੰਗਰ ਛਕਦਾ, ਜਦੋਂ ਉਹ ਦਿਲੋਂ ਫਰਮਾਇਸ਼ ਕਰਦਾ ਕਿ ਬਾਬਾ ਜੀ ਮੈਨੂੰ ਆਹ ਚੀਜ਼ ਖਾਣ ਨੂੰ ਚਾਹੀਦੀ ਹੈ, ਤਾਂ ਉਹਦੇ ਮੂਹਰੇ ਉਹ ਪੇਸ਼ ਹੋ ਜਾਂਦੀ ਹੈ। ਤਾਂ ਉਹ ਸੇਮ ਗੱਲ ਇੱਥੇ ਵੀ ਹੈ, ਕਿਉਂਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ, ਗੁਰਾਂ ਦੇ ਨਾਂ ਤੇ ਵੱਸਦਾ ਹੈ, ਉਹ ਸਾਡੇ ਅੰਗ ਸੰਗ ਸਹਾਈ ਨੇ ਇੱਥੇ। ਸਾਡੇ ਗੁਰੂ ਪੀਰ ਪਵੰਗਰ ਸਾਰੇ ਸਾਡੇ ਇੱਥੇ ਸਹਾਈ ਨੇ। ਸੋ ਮੈਂ ਕਾਮਨਾ ਕਰਦਾ ਕਿ ਅਸੀਂ ਇਹ ਜੰਗ ਛੇਤੀ ਜਿੱਤੀਏ, ਇੱਥੋਂ ਜਿੱਤ ਕੇ ਪੰਜਾਬ ਖੁਸ਼ੀ ਖੁਸ਼ੀ ਜਾਈਏ ਤੇ ਜਾਵਾਂਗੇ ਜਿੱਤ ਕੇ। ਇਹ ਗੱਲ ਹੁਣ ਨਿਸ਼ਚੇ ਹੈ, ਇਹਦੇ ਲਈ ਸਾਨੂੰ ਕੁਛ ਵੀ ਕਰਨਾ ਪੈ ਜੇ, ਤੁਸੀਂ ਵੀਡੀਓ ਦੇਖਦੇ ਹੋਵੋਗੇ, ਇਹ ਨੌਜਵਾਨ ਨੇ, ਸਾਰੇ ਭਰਾ, ਅਸੀਂ ਸਾਰੇ ਏਕੇ ਦਾ ਸੰਕੇਤ ਦਿੱਤਾ। ਸਾਡੇ ਤਾਂ ਬਾਬੇ ਹੁਣ ਕਹਿਣ ਲੱਗ ਗਏ, ਜਿਹੜੇ 85-85 ਸਾਲਾਂ ਦੇ ਨੇ, ਵੀ ਇਕੱਲਾ ਨਹੀਂ ਜਾਂਦਾ, ਪੰਜ ਚਾਰਾਂ ਨੂੰ ਤਾਂ ਨਾਲ ਲੈ ਕੇ ਜਾਊਂਗਾ। 14-14 ਸਾਲ ਦੇ ਜਵਾਕ ਇੱਥੇ ਸੇਵਾ ਕਰਦੇ ਨੇ, ਇਹ ਭਾਵਨਾ ਸਾਡੇ 'ਚ। ਸੋ ਰਹਿ ਗਈ ਗੱਲ ਸਾਡੀ ਇੰਡਸਟਰੀ ਦੀ, ਅੱਜ ਕੋਈ ਅਸੀਂ ਇੰਡਸਟਰੀ ਦੀ ਗੱਲ ਕਲਾਕਾਰ ਬਣ ਕੇ ਨਹੀਂ ਆਏ, ਅਸੀਂ ਕਿਸਾਨਾਂ ਦੇ ਪੁੱਤਾਂ, ਕਿਸਾਨਾਂ ਦੀ ਗੱਲ ਕਰਦੇ ਹਾਂ, ਕਿਉਂਕਿ ਸਾਡਾ ਪਹਿਲਾ ਧਰਮ ਕਿਸਾਨੀ ਆ। ਹਰਿਆਣਾ, ਉੱਤਰਾਖੰਡ, ਯੂਪੀ, ਜਿੰਨੇ ਵੀ ਵੀਰ ਜਿੰਨੀਆਂ ਸਟੇਟਾਂ 'ਚੋਂ ਸਾਡੇ ਨਾਲ ਇੱਥੇ ਸਾਡੇ ਸਾਥ ਦੇਣ ਪਹੁੰਚੇ ਆ, ਅਸੀਂ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਇੱਕ ਪਿੱਛੇ ਬੈਕ ਸਟੇਜ ਮੈਨੂੰ ਖੜੇ ਕਿਸੇ ਵੀਰ ਨੇ ਕਿਹਾ ਕਿ ਜਿਹੜਾ ਰਸੋਈ ਦੇ ਸਾਹਮਣੇ ਸਾਡੇ ਵੀਰਾਂ ਨੇ ਇੱਕ ਨਾਕਾ ਲਾਇਆ, ਪੰਜਾਬੀ ਵੀਰਾਂ ਨੇ, ਉਹ ਹਰਿਆਣੇ ਤੋਂ ਜਿੰਨੀਆਂ ਟਰਾਲੀਆਂ ਆਉਂਦੀਆਂ ਨੇ ਲੰਗਰ ਦੀਆਂ, ਥੋੜ੍ਹੀ ਜਿਹੀ ਉਹਨਾਂ ਨੂੰ ਉਹਨਾਂ 'ਚ ਪ੍ਰੋਬਲਮ ਆਉਂਦੀ ਹੈ ਕੱਢਣ ਦੀ। ਮੈਨੂੰ ਲੱਗਦਾ ਵੀ ਭੀੜ ਇੰਨੇ ਹੱਦ ਤੱਕ ਜ਼ਿਆਦਾ ਵੱਧ ਚੁੱਕੀ ਹੈ, ਪਰ ਫਿਰ ਵੀ ਜੋ ਵੀ ਕੁਛ ਇੱਥੇ ਚਲਾਉਣਾ ਅਸੀਂ ਆਪਸੀ ਸਹਿਮਤੀ ਨਾਲ ਚਲਾਉਣਾ, ਰਲ ਮਿਲ ਕੇ ਚਲਾਉਣਾ, ਕਿਉਂਕਿ ਇੰਨੇ ਦਿਨਾਂ ਦੇ ਅਸੀਂ ਇੱਕ ਮਹੀਨੇ ਤੋਂ ਰਲ ਮਿਲ ਕੇ ਰਹਿ ਰਹੇ ਹਾਂ। ਕੋਈ ਵੀ ਸ਼ਿਕਾਇਤ ਕਿਸੇ ਦੀ ਨਹੀਂ ਆਉਣੀ ਚਾਹੀਦੀ, ਕਿਉਂਕਿ ਅਸੀਂ ਚੜ੍ਹਦੀ ਕਲਾ ਦਾ ਸੰਕੇਤ ਲੈ ਕੇ ਚੱਲੇ ਹਾਂ, ਏਕੇ ਦਾ ਸੰਕੇਤ ਲੈ ਕੇ ਚੱਲੇ ਹਾਂ, ਤਾਂ ਅੱਜ ਇੱਥੇ ਇਸ ਮੰਚ 'ਤੇ ਆਏ ਹਾਂ। ਇੱਕ ਇਤਿਹਾਸਿਕ ਇਤਿਹਾਸ ਦੁਹਰਾਇਆ ਜਾ ਰਿਹਾ, ਤੁਸੀਂ ਸਾਰੇ ਸੂਰਮੇ ਹੋ, ਜਿਹੜੀ ਪੰਜਾਬ ਦੀ ਧਰਤੀ 'ਤੇ ਸੂਰਮਿਆਂ ਨੇ ਜਨਮ ਲਿਆ, ਉਹ ਸਾਰੇ ਤੁਸੀਂ ਹੋ, ਤੁਹਾਡੇ 'ਚੋਂ ਭਗਤ ਸਿੰਘ ਜੀ ਦਾ, ਅੱਜ ਬਹੁਤ ਮਿਹਰਬਾਨੀ, ਧੰਨਵਾਦ। ਜਿੰਨੇ ਵੀ ਸੱਜਣ ਇੰਡਸਟਰੀ ਤੋਂ ਪਹੁੰਚੇ ਨੇ, ਸੇਵਾ ਵੀ ਲੈ ਕੇ ਆਏ ਨੇ ਲੰਗਰਾਂ ਦੀ, ਬਾਹਰੋਂ ਸਾਡੇ ਭਰਾ ਲੱਖਾ ਗਾਜੀਪੁਰ, ਸਾਡਾ ਵੀਰ ਕਬੱਡੀ ਦਾ ਪਲੇਅਰ ਰਿਹਾ, ਭਰਾ ਭਲਵਾਨ ਜੀ ਨੇ ਅਮਰੀਕਾ ਤੋਂ ਆਏ ਨੇ ਇੰਡਸਟਰੀ ਤੋਂ, ਨਿਸ਼ਾਨ ਭੁੱਲਰ ਵੀਰਾ, ਮਾਹੀ, ਸਾਰੇ ਸਾਡੇ ਵੀਰ ਸ਼੍ਰੀ ਬਰਾੜ, ਜਿੰਨੇ ਵੀ ਚਮਕੌਰ ਖੱਟੜਾ ਸਾਹਿਬ, ਜਿੰਨੇ ਵੀ ਵੀਰ ਸਾਡੇ ਪਹੁੰਚੇ ਨੇ, ਅਸੀਂ ਚੜ੍ਹਦੀ ਕਲਾ ਦਾ ਸੰਕੇਤ ਲੈ ਕੇ ਇੱਥੇ ਪਹੁੰਚੇ ਹਾਂ। ਪੰਜਾਬ 'ਚ ਵੀ ਨਾਲ ਸੀ, ਡਟੇ ਹੋਏ ਸੀ, ਦੁਬਾਰੇ ਜਾ ਕੇ ਪੰਜਾਬ 'ਚ ਡਟਣਾ ਪਿਆ। ਦੁਬਾਰ ਦੀ ਗੱਲ ਮੈਂ ਵਾਰ ਵਾਰ ਤਾਂ ਕਰਦਾ ਕਿਉਂਕਿ ਇੱਥੇ ਜ਼ਿਆਦਾਤਰ ਲੋਕ ਹੁਣ ਇਹ ਕਹਿਣ ਲੱਗ ਗਏ ਵੀ ਜੇ ਇੱਕ ਵਾਰੀ ਇਕੱਠ ਟੁੱਟ ਗਿਆ ਤਾਂ ਦੁਬਾਰੇ ਬਣਨਾ ਨਹੀਂ, ਇੱਦਾਂ ਦੀ ਉਹ ਜ਼ਿੰਮੇਵਾਰੀ ਸਾਡੀ ਹੈ, ਚਾਹੇ ਸਾਨੂੰ ਮਿੰਨਤਾਂ ਕਰਕੇ ਘਰਾਂ ਤੋਂ ਬਾਹਰ ਯੂਥ ਨੂੰ ਕਿਉਂ ਨਾ ਕੱਢਣਾ ਪਵੇ, ਅਸੀਂ ਕੱਢਾਂਗੇ। ਵੈਸੇ ਤਾਂ ਅਸੀਂ ਇੱਥੋਂ ਹੀ ਜਿੱਤ ਕੇ ਜਾਵਾਂਗੇ, 22 ਚਾਂਸ, ਜੇ 19-21 ਹੋ ਗਈ ਕੋਈ ਇਹਨਾਂ ਨੇ ਲਾਰਾ ਲਾ ਕੇ ਤੋਰਤਾ, ਜੇ ਉੱਥੇ ਆਉਣਗੇ ਤਾਂ ਅਸੀਂ ਚੀਨ ਵਾਲੀ ਕੰਧ ਬਣ ਕੇ ਇਹਨਾਂ ਦੇ ਮੂਹਰੇ ਖੜਾਂਗੇ। ਇਹ ਨੌਜਵਾਨੀ ਦਾ ਤੁਹਾਡੇ ਨਾਲ ਵਾਅਦਾ, ਇਹ ਪੱਕਾ ਵਾਅਦਾ, ਜਿਹਨੂੰ ਤੁਸੀਂ ਕਹਿਤਾ ਸੀਗਾ ਵੀ ਇਹ ਚਿੱਟੇ ਵਾਲੇ ਨੇ, ਇਹ ਕਾਲਿਆਂ ਵਾਲੇ ਨੇ, ਇਹ ਉਹਨਾਂ ਨੇ ਦਿਖਾਤਾ ਵੀ ਅਸੀਂ ਇੱਥੋਂ ਆਏ ਹਾਂ ਤੇ ਇੱਥੋਂ ਹੱਕ ਲੈ ਕੇ ਮੁੜਾਂਗੇ, ਉਦੋਂ ਪਹਿਲਾਂ ਅਸੀਂ ਮੁੜਦੇ ਨਹੀਂ ਹੈਗੇ, ਉਦੋਂ ਤੱਕ ਸਾਨੂੰ ਜੋ ਕੁਛ ਮਰਜ਼ੀ ਕਰਨਾ ਪੈ ਜਾਵੇ। ਸੋ ਮੇਰੇ ਵੱਲੋਂ ਤੁਸੀਂ ਇੰਨੀ ਕੁ ਹਾਜ਼ਰੀ ਪ੍ਰਵਾਨ ਕਰਿਓ, ਜਿੰਨਾ ਚਿਰ ਇਹ ਅੰਦੋਲਨ ਚੱਲੂਗਾ, ਪਹਿਲੇ ਦਿਨ ਵੀ ਕਿਹਾ ਸੀਗਾ ਕਿ ਨਾਲ ਚੱਲਾਂਗੇ, ਕਿਸੇ ਵੀ ਹੱਦ ਤੱਕ ਜਾਣਾ ਪਵੇ। ਐਜ਼ ਅ ਕਲਾਕਾਰ ਸਾਨੂੰ ਬਹੁਤ ਧਮਕੀਆਂ ਆਉਂਦੀਆਂ ਨੇ ਕਿ ED ਆ ਗਈ, ਜੇ ਸਾਡੇ 85-85 ਸਾਲ ਦੇ ਬਜ਼ੁਰਗ ਇੱਥੇ ਠੰਡੇ ਪਾਣੀ ਨਾਲ ਨਹਾ ਸਕਦੇ ਨੇ ਤਾਂ ਸਾਨੂੰ ਤਾਂ ਇਹ ਫੋਨਾਂ 'ਤੇ ਧਮਕੀਆਂ ਹੀ ਦਿੰਦੇ ਨੇ, ਸਾਨੂੰ ਉਹਨਾਂ ਦਾ ਕੋਈ ਫਰਕ ਨਹੀਂ ਪੈਂਦਾ, ਜੋ ਮਰਜ਼ੀ ਕਹੀ ਜਾਣ, CBI ਆਈ ਜਾਵੇ, ED ਆਈ ਜਾਵੇ, ਇੰਟੈਲੀਜੈਂਸ ਆਈ ਜਾਵੇ, ਨਾ ਸਾਡੀ ਸਿਹਤ 'ਤੇ ਅੱਜ ਅਸਰ ਹੋਇਆ ਤੇ ਨਾ ਹੋਊਗਾ ਕੱਲ ਨੂੰ, ਡਟੇ ਹੋਏ ਹਾਂ ਤੇ ਡਟੇ ਰਹਾਂਗੇ। ਜਦੋਂ ਤੱਕ ਇਹ ਤਿੰਨੋਂ ਹੀ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਨਾ ਪੰਜਾਬ ਜਾਵਾਂਗੇ, ਜਾਵਾਂਗੇ ਤਾਂ ਆਪਣੇ ਹੱਕ ਲੈ ਕੇ ਜਾਵਾਂਗੇ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਕਿਸਾਨ ਮਜ਼ਦੂਰ ਏਕਤਾ, ਕਿਸਾਨ ਮਜ਼ਦੂਰ ਏਕਤਾ, ਨੌਜਵਾਨ ਏਕਤਾ, ਨੌਜਵਾਨ ਏਕਤਾ, ਜਥੇਬੰਦੀਆਂ ਦਾ ਏਕਾ, ਜਥੇਬੰਦੀਆਂ ਦਾ ਏਕਾ, ਪੰਜਾਬ ਹਰਿਆਣਾ।